ਦਰਦਨਾਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਬਾਈਕ ਚਾਲਕ ਦੀ ਮੌਤ ਹੋ ਗਈ ਹੈ ਜੋ ਕਿ ਬਾਈਕ ਸਣੇ ਟਰੱਕ ਦੇ ਹੇਠਾਂ ਵੜ ਗਿਆ ਸੀ। ਦਰਅਸਲ ਇੱਥੇ ਇੱਕ ਟਰੱਕ ਚਾਲਕ ਜੋ ਟਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਵਿਚਾਲੇ ਬੇਕਾਬੂ ਹੋ ਗਿਆ ਅਤੇ ਟਰਾਂਸਫਾਰਮ ਦੇ ਨਾਲ ਜਾ ਟਕਰਾਇਆ। ਇਸੇ ਦੌਰਾਨ ਹੀ ਸਾਹਮਣੇ ਆਉਂਦੀ ਬਾਈਕ ਵੀ ਇਸ ਟਰੱਕ ਦੇ ਹੇਠਾਂ ਵੜ ਗਈ ਜਿਸ ਤੇ ਸਵਾਰ ਸੰਦੀਪ ਸਿੰਘ ਦੀ ਮੌਤ ਹੋ ਗਈ। ਦਰਅਸਲ ਸੰਦੀਪ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸਨੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ। ਇਹ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਦੇ ਨੇੜੇ ਵਾਪਰਿਆ ਜਿੱਥੇ ਟਰੈਕਟਰ ਨੂੰ ਓਵਰਟੇਕ ਕਰਦੇ ਹੋਏ ਇੱਕ ਟਰੱਕ ਨੇ ਪਹਿਲਾਂ ਤਾਂ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਫਿਰ ਖੁਦ ਟਰਾਂਸਫਾਰਮ 'ਚ ਜਾ ਵੱਜਿਆ। ਬਾਈਕ ਵੀ ਇਸ ਟਰੱਕ ਦੇ ਹੇਠਾਂ ਜਾ ਵੜੀ ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਪੂਰੀ ਤਰ੍ਹਾਂ ਦੇ ਨਾਲ ਬਾਈਕ ਚਕਨਾ ਚੂਰ ਹੋ ਚੁੱਕੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਬਾਈਕ ਤੇ ਸਵਾਰ ਸ਼ਖਸ ਦੀ ਕੀ ਹਾਲਤ ਹੋਈ ਹੋਏਗੀ। ਹਾਲਾਂਕਿ ਵੀ ਕਿਹਾ ਜਾ ਰਿਹਾ ਕਿ ਬਾਈਕ ਤੇ ਦੋ ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਸੰਦੀਪ ਬਾਈਕ ਚਲਾ ਰਿਹਾ ਸੀ। ਉਸਦੀ ਹਾਲਤ ਗੰਭੀਰ ਸੀ। ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਜਦਕਿ ਉਸਦਾ ਦੂਜਾ ਸਾਥੀ ਜ਼ਖਮੀ ਹੈ, ਜ਼ੇਰੇ ਇਲਾਜ ਹੈ। ਮੋਗਾ ਤੋਂ ਬਾਗਾ ਪੁਰਾਣਾ, ਮੋਗਾ ਤੋਂ ਬਠਿੰਡਾ ਵੱਲ ਆਉਂਦੇ ਹੋਏ ਇੱਕ ਟਰੱਕ ਨੇ ਜਦੋਂ ਟਰੈਕਟਰ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਦੌਰਾਨ ਹੀ ਇਹ ਹਾਦਸਾ ਵਾਪਰਿਆ ਕਿ ਟਰੱਕ ਬੇਕਾਬੂ ਹੋ ਗਿਆ, ਪਹਿਲੇ ਟਰਾਂਸਫਾਰਮ ਦੇ ਨਾਲ ਜਾ ਵੱਜਿਆ। ਇਸੇ ਦੌਰਾਨ ਸਾਹਮਣੇ ਆਉਂਦੀ ਬਾਈਕ ਵੀ ਉਸ ਨਾਲ ਟਕਰਾ ਗਈ। ਜਦੋਂ ਇਹ ਟਰੱਕ ਟਰਾਂਸਫਾਰਮ 'ਚ ਵੱਜਾ ਤਾਂ ਬਾਈਕ ਪੂਰੀ ਤਰ੍ਹਾਂ ਦੇ ਨਾਲ ਟਰੱਕ ਦੇ ਹੇਠਾਂ ਵੜ ਗਈ ਅਤੇ ਚਕਨਾ ਚੂਰ ਹੋ ਗਈ ਤੇ ਜੋ ਬਾਈਕ ਚਲਾ ਰਿਹਾ ਸੀ ਉਸਦਾ ਵੀ ਬੁਰਾ ਹਾਲ ਹੋ ਗਿਆ। ਹਸਪਤਾਲ ਦੇ ਵਿੱਚ ਇਸ ਨੌਜਵਾਨ ਨੇ ਦਮ ਤੋੜ ਦਿੱਤਾ। ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਕਬਜ਼ੇ 'ਚ ਲੈ ਲਿਆ ਅਤੇ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰ ਰੋ ਰੋ ਕੇ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। ਇੱਕ ਜਿਹੜਾ ਟਰੱਕ ਹੈ ਬਠਿੰਡਾ ਨੰਬਰ ਦਾ, ਉਹ ਇੱਧਰੋਂ ਕੋਟਪੂਰਾ ਸਾਈਡ ਤੋਂ ਜਿਹੜਾ ਮੋਗੇ ਵੱਲ ਨੂੰ ਜਾ ਰਿਹਾ ਸੀ ਅਤੇ ਉਹ ਇੱਕ ਟਰਾਲੀ ਨੂੰ ਜਿਹੜਾ ਕ੍ਰੋਸ ਕਰ ਰਿਹਾ ਸੀ ਤਾਂ ਅੱਗੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਸੀ। ਸੋ ਮੋਟਰਸਾਈਕਲ ਨੂੰ ਜਿਹੜਾ ਸੰਦੀਪ ਨਾਂ ਦਾ ਵਿਅਕਤੀ ਜਿਹੜਾ ਚਲਾ ਰਿਹਾ ਸੀ, ਸੋ ਇੱਕ ਪਾਸੇ ਟਰਾਂਸਫਾਰਮਰ ਆ ਗਿਆ ਅਤੇ ਇੱਕ ਪਾਸੇ ਟਰੱਕ ਤੋਂ ਮੋਟਰਸਾਈਕਲ ਵਾਲੇ ਨੂੰ ਜਗ੍ਹਾ ਨਾ ਬਚਣ ਕਰਕੇ ਉਹ ਟਰੱਕ ਦੇ ਵਿੱਚ ਸਿੱਧਾ ਟਕਰਾ ਗਿਆ। ਉਹਦਾ ਐਕਸੀਡੈਂਟ ਹੋਣ ਕਾਰਨ ਉਹਨੂੰ ਐਡਮਿਟ ਕਰਾਇਆ ਗਿਆ ਮੋਗਾ ਹੋਸਪਿਟਲ, ਉਸ ਤੋਂ ਬਾਅਦ ਫਰੀਦਕੋਟ ਰੈਫਰ ਕੀਤਾ ਗਿਆ ਜਿੱਥੇ ਜਾ ਕੇ ਉਹ ਦਮ ਤੋੜ ਗਿਆ। ਐਕਸੀਡੈਂਟ ਹੋਣ ਕਾਰਨ ਉਸਦੀ ਮੌਤ ਹੋ ਗਈ ਅਤੇ ਇਸਦੇ ਜਿਹੜਾ ਅਸੀਂ ਟਰੱਕ ਹੈਗਾ ਮੌਕੇ 'ਤੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ FIR ਨੰਬਰ 79304 AIPC ਜਿਹੜੀ ਦਰਜ ਰਜਿਸਟਰ ਕਰ ਲਈ ਗਈ ਹੈ। ਡਰਾਈਵਰ ਜਿਹੜਾ ਗੱਡੀ ਦਾ ਉਹ ਫਰਾਰ ਹੋ ਚੁੱਕਿਆ, ਉਹਨੂੰ ਜਲਦੀ ਫੜ ਲਿਆ ਜਾਵੇਗਾ ਅਤੇ ਟਰੱਕ ਨੂੰ ਥਾਣੇ ਲਿਆ ਕੇ ਅਸੀਂ ਉਹਦੇ ਜਿਹੜੀ ਅਗਲੀ ਬਣਦੀ ਕਾਰਵਾਈ ਕਰ ਰਹੇ ਹਾਂ। ਮੋਟਰਸਾਈਕਲ ਦੇ ਉੱਪਰ ਦੋ ਲੋਕ ਸਵਾਰ ਸਨ, ਇੱਕ ਤਾਂ ਜੋ ਮੇਨ ਸੰਦੀਪ ਸਿੰਘ ਸੀਗਾ ਬਾਘਾ ਪੁਰਾਣਾ ਦਾ ਰਹਿਣ ਵਾਲਾ ਸੀ ਅਤੇ ਇੱਕ ਮੁੰਡਾ ਸੁਖਵਿੰਦਰ ਸਿੰਘ ਜਿਹੜਾ ਕੋਟਲਾ ਰਾਇਕਾ ਦਾ ਰਹਿਣ ਵਾਲਾ ਸੀ, ਉਸਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਉਸਨੇ ਇਹ ਜਿਹੜੀ ਵਾਰਤਾ ਸਾਰੀ ਸਾਨੂੰ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ।